ਦੇਖੋ ਵੀ ਮਿੱਤਰੋ, ਤੰਦੂਰ ਚੱਲ ਰਿਹਾ ਅਤੇ ਤਾਜ਼ੇ ਨਾਨ ਲੱਗ ਰਹੇ ਆ। ਮੇਲੇ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਜਿਹੜੀ ਫਰੈਸ਼ ਆਈਟਮ ਮਿਲੂਗੀ। ਅਤੇ ਆ ਪਈ ਆ ਆਪਣੇ ਗੰਨੇ ਦਾ ਰਸ ਕੱਢਣ ਵਾਲੀ ਮਸ਼ੀਨ। ਭਾਅ ਜੀ ਕਿੰਨੇ ਦਾ ਗਲਾਸ ਆ? 5 ਯੂਰੋ ਦਾ ਇੱਕ ਗਲਾਸ ਅਤੇ ਠੰਡਾ ਹੈ, ਤੁਹਾਨੂੰ ਇੰਡੀਆ ਵਰਗਾ ਸਵਾਦ ਮਿਲੂਗਾ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਤੇ ਇੱਕ ਵਾਰ ਫਿਰ ਤੋਂ। ਅਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਹਾਂ ਇੱਥੇ ਐਮਸਟਰਡਮ ਦਾ ਜਿਹੜਾ ਹਰ ਸਾਲ ਰੌਣਕ ਮੇਲਾ ਲੱਗਦਾ ਆ, ਜਿਹਦੇ ਵਿੱਚ ਕਿ ਕਬੱਡੀ ਦੇ ਮੈਚ ਹੁੰਦੇ ਆ, ਬੱਚਿਆਂ ਦੀਆਂ ਖੇਡਾਂ ਹੁੰਦੀਆਂ ਨੇ ਅਤੇ ਹੋਰ ਬਹੁਤ ਹੀ ਰੰਗਾਰੰਗ ਪ੍ਰੋਗਰਾਮ ਹੁੰਦੇ ਆ। ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਮੈਚ ਚੱਲ ਰਹੇ ਨੇ, ਅਤੇ ਆਪਾਂ ਚੱਲਦੇ ਹਾਂ ਤੁਹਾਨੂੰ ਲੈ ਕੇ ਐਮਸਟਰਡਮ ਦੇ ਰੌਣਕ ਮੇਲੇ 'ਤੇ, ਜੋ ਕਿ ਲਗਾਤਾਰ 18 ਸਾਲਾਂ ਤੋਂ ਚੱਲਦਾ ਆ ਰਿਹਾ। ਆ ਜਾਓ ਫਿਰ ਆਪਾਂ ਵੀ ਤੁਹਾਨੂੰ ਆਪਣੇ ਨਾਲ ਇੰਜੋਏ ਕਰਾਉਂਦੇ ਹਾਂ ਐਮਸਟਰਡਮ ਦਾ ਰੌਣਕ ਮੇਲਾ। ਅਤੇ ਆਪਾਂ ਜਾ ਰਹੇ ਹਾਂ ਜੀ ਇੱਥੇ ਦਾ ਜਿਹੜਾ ਇਹਨਾਂ ਦਾ ਗਰਾਊਂਡ ਆ, ਸਪੋਰਟ ਪਾਰਕ ਓਕ ਮੇਲ, ਜਿੱਥੇ ਹਰ ਸਾਲ ਲੱਗਦਾ ਮੇਲਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸੇ ਗਰਾਊਂਡ ਦੇ ਵਿੱਚ ਮੇਲਾ ਚੱਲ ਰਿਹਾ। ਅਤੇ ਤੁਹਾਨੂੰ ਆਪਾਂ ਨਾਲ ਮੈਂ ਚਲੋ ਕਿ ਐਮਸਟਰਡਮ ਦੇ ਰਸਤੇ ਵੀ ਦਿਖਾ ਦਈਏ ਥੋੜ੍ਹੇ ਜਿਹੇ। ਦੇਖੋ ਸੜਕਾਂ, ਅਤੇ ਹੁਣ ਆਪਾਂ ਆਲਮੋਸਟ 5-7 ਮਿੰਟ ਤੱਕ ਪਹੁੰਚਣੇ ਵਾਲੇ ਹਾਂ, ਅਤੇ ਪਹੁੰਚ ਕੇ ਫਿਰ ਆਪਾਂ ਤੁਹਾਨੂੰ ਉੱਥੇ ਕਰਾਉਂਦੇ ਹਾਂ ਦਰਸ਼ਨ ਸਾਰਿਆਂ ਦੇ। ਉਹ ਵੀ ਮਿੱਤਰੋ, ਆਪਾਂ ਪਹੁੰਚ ਚੁੱਕੇ ਹਾਂ ਇੱਥੇ ਜਿਹੜਾ ਮੇਲਾ ਚੱਲ ਰਿਹਾ ਸਪੋਰਟ ਪਾਰਕ ਓਕ ਮੇਲ ਦੇ ਵਿੱਚ, ਅਤੇ ਮਿੱਤਰ ਬੇਲੀਆਂ ਦੇ ਨਾਲ। ਅਤੇ ਹੁਣ ਆਪਾਂ ਚੱਲਦੇ ਹਾਂ ਅੰਦਰ, ਅਤੇ ਇੱਥੇ ਤੁਹਾਨੂੰ ਦਿਖਾਉਂਦੇ ਹਾਂ ਰੌਣਕ ਮੇਲਾ ਕਿੱਦਾਂ ਚੱਲ ਰਿਹਾ। ਅਤੇ ਆਹ ਲਓ ਵੀ ਨਜ਼ਾਰਾ ਦੇਖੋ, ਵੀ ਪਾਰਕਿੰਗ ਹੈਗੀ ਆ ਫੁੱਲ, ਅਤੇ ਚਾਰੇ ਪਾਸੇ ਦਾ ਤੁਹਾਨੂੰ ਦਿਖਾਉਂਦੇ ਹਾਂ ਨਜ਼ਾਰਾ, ਕਿੱਦਾਂ ਆਪਣੇ ਪੰਜਾਬੀ ਆਉਂਦੇ ਆ ਅਤੇ ਇੱਥੇ ਇੰਜੋਇਮੈਂਟ ਕਰਦੇ ਆ ਸਾਰੀ। ਪਾਰਕਿੰਗ ਆ ਫੁੱਲ ਨੇ, ਅਤੇ ਆਪਾਂ ਵੀ ਗੱਡੀ ਉਹ ਦੂਸਰੀ ਪਾਰਕਿੰਗ 'ਚ ਲਾ ਕੇ ਆਏ ਹਾਂ। ਅਤੇ ਆਹ ਹੈਗਾ ਗਰਾਊਂਡ ਦੇ ਅੰਦਰ ਜਾਣ ਦਾ ਰਸਤਾ, ਅਤੇ ਅੰਦਰ ਜਾ ਕੇ ਆਪਾਂ ਨੂੰ ਹੁਣ ਇੱਥੇ ਮਿਲੇ ਆ ਆਪਣੇ ਪੁਰਾਣੇ ਮਿੱਤਰ ਬੇਲੀ, ਅਤੇ ਬਹੁਤ ਟਾਈਮ ਬਾਅਦ ਇਹਨਾਂ ਨਾਲ ਮੇਲ ਮਿਲਾਪ ਹੋਏ ਆ। ਅਤੇ ਹੋਰ ਵੀ ਆਪਣੇ ਇੱਥੇ ਬਹੁਤ ਅੰਦਰ ਮਿੱਤਰ ਮੇਲੀ ਮਿਲਣੇ ਆ, ਸਾਰਿਆਂ ਨਾਲ ਮਿਲਾਵਾਂਗੇ। ਹੋਰ ਦੱਸੋ ਉਸਤਾਦ ਜੀ, ਕਿੱਦਾਂ ਚੱਲ ਰਿਹਾ ਮੇਲਾ ਅੰਦਰ? ਆਪਾਂ ਹਜੇ ਪਹੁੰਚੇ ਹੋਣਾ, ਅਤੇ ਅੰਦਰ ਜਾ ਕੇ ਦੇਖਦੇ ਹਾਂ। ਕਿੱਦਾਂ ਬਲਦੇਵ ਸਿੰਘ ਜੀ, ਠੀਕ ਠਾਕ? ਚਲੋ ਵਧੀਆ, ਆ ਜਾਓ ਫਿਰ ਆਪਾਂ ਮਿਲਦੇ ਹਾਂ ਬਾਕੀ ਬੰਦਿਆਂ ਨੂੰ ਅੰਦਰ। ਇੱਥੇ ਤੁਸੀਂ ਦੇਖ ਸਕਦੇ ਹਾਂ ਵੀ ਸਿਕਿਉਰਿਟੀ ਦੇ ਵੀ ਪੂਰੇ ਪੱਕੇ ਪ੍ਰਬੰਧ ਨੇ, ਤਾਂ ਕਿ ਕੋਈ ਵੀ ਗੜਬੜ ਨਾ ਹੋਵੇ ਮੇਲੇ ਦੇ ਅੰਦਰ, ਕਿਉਂਕਿ ਪਹਿਲਾਂ ਪਿੱਛੇ ਜਿਹੇ ਸਾਲਾਂ ਦੇ ਵਿੱਚ ਇੱਥੇ ਬਹੁਤ ਲੜਾਈਆਂ ਹੋਈਆਂ ਸੀ, ਇਸ ਕਰਕੇ ਹੁਣ ਸਿਕਿਉਰਿਟੀ ਦੇ ਵੀ ਪੂਰੇ ਤਕੜੇ ਪ੍ਰਬੰਧ ਰੱਖੇ ਗਏ ਆ। ਹਰ ਇੱਕ ਬੰਦੇ ਦੀ ਚੈਕਿੰਗ ਕਰਕੇ ਅੰਦਰ ਐਂਟਰੀ ਦਿੱਤੀ ਜਾ ਰਹੀ ਆ। ਦੇਖ ਸਕਦੇ ਹੋ ਤੁਸੀਂ ਵੀ ਕਿੰਨਾ ਜ਼ਿਆਦਾ ਇੱਥੇ ਕਰਾਊਡ ਆ ਮੇਲੇ ਦੇ ਉੱਤੇ, ਅਤੇ ਹਰ ਜਗ੍ਹਾ ਸਟਾਲ ਵੀ ਲੱਗੇ ਆ ਖਾਣ ਪੀਣ ਦੇ, ਇੱਕ ਪਾਸੇ ਲੰਗਰ ਵੀ ਚੱਲਦਾ ਹੁੰਦਾ ਆ, ਅਤੇ ਬਾਕੀ ਜਿਹੜੇ ਇੱਥੇ ਦੇ ਲੋਕਲ ਰੈਸਟੋਰੈਂਟ ਵਗੈਰਾ ਨੇ ਉਹਨਾਂ ਨੇ ਆਪਣੇ ਸਟਾਲ ਲਾਏ ਹੁੰਦੇ ਆ। ਅਤੇ ਹੋਰ ਵੀ ਹੁਣ ਮੈਚ ਦਾ ਪਾਊਜ਼ ਆ, ਅਤੇ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਹਾਂ ਵੀ ਹੋਰ ਕੀ ਅੱਗੇ ਇੱਥੇ ਮੇਲੇ ਦੇ ਵਿੱਚ ਤੁਹਾਨੂੰ ਖਿੱਚ ਦਾ ਕੇਂਦਰ ਅਤੇ ਹੋਰ ਆਕਰਸ਼ਿਤ ਚੀਜ਼ਾਂ ਮਿਲਣਗੀਆਂ। ਆਪਾਂ ਤੁਹਾਨੂੰ ਮਿਲਾਉਂਦੇ ਹਾਂ ਇੱਥੇ ਆਪਣੇ ਗੁਰਵੇਸ਼ ਭਾਅ ਜੀ ਦੇ, ਅਤੇ ਨਾਲ ਬੌਬੀ ਭਾਅ ਜੀ, ਅਤੇ ਇੱਧਰ ਨਵੀਨ ਭਾਅ ਜੀ ਨੇ। ਅਤੇ ਗੁਰਵੇਸ਼ ਭਾਅ ਜੀ, ਜੇ ਤੁਸੀਂ ਇੱਥੇ ਦਾ ਕੋਈ ਵੀ ਆਪਣਾ ਰੀਅਲ ਅਸਟੇਟ ਦਾ ਕੰਮ ਕਰਨਾ ਆ, ਮਾਕਲਾਰ ਦਾ ਕੋਈ ਘਰ ਲੈਣਾ ਖਰੀਦਣਾ ਜਾਂ ਵੇਚਣਾ ਆ, ਉਹਦੇ ਲਈ ਇਹਨਾਂ ਨਾਲ ਮਿਲ ਸਕਦੇ ਹੋ। ਦੱਸੋ ਭਾਅ ਜੀ ਆਪਣਾ ਐਡਰੈਸ ਅਤੇ ਆਪਣਾ ਜੋ ਵੀ ਤੁਹਾਡੀਆਂ ਡਿਟੇਲਾਂ ਨੇ। ਔਫਿਸ ਹੈ ਜੀ ਮੇਰਾ ਐਮਸਟਲ ਬੀਮ
ਤਦ ਸ਼ਹਿਰ ਹਾਂਜੀ ਮਾਕਲਰ ਦਾ ਹੀ ਸਰਵਿਸ ਅਸੀਂ ਦਿੰਦੇ ਹਾਂ ਜੀ, ਕਿਸੇ ਨੇ ਘਰ ਖਰੀਦਣਾ ਹੋਵੇ, ਵੇਚਣਾ ਹੋਵੇ ਹਾਂਜੀ, ਜਾਂ ਮੋਰਗੇਜ ਦੀ ਕੋਈ ਸਰਵਿਸ ਚਾਹੀਦੀ ਹੋਵੇ ਨੀਦਰਲੈਂਡਸ 'ਚ ਪੂਰੇ 'ਚ, ਅਸੀਂ ਉਹਦੇ 'ਚ ਪੂਰੀ ਹੈਲਪ ਕਰਾਂਗੇ ਤੁਹਾਡੀ। ਹਾਂਜੀ, ਅਤੇ ਬਾਕੀ ਜੇ ਕਿਸੇ ਨੇ ਆਪਣੇ ਇੱਥੇ ਪਨੀਰ ਖਰੀਦਣਾ ਆ, ਤਾਜ਼ਾ ਪਨੀਰ ਭਾਜੀ ਦਵੀਨ ਉਹਨਾਂ ਦਾ, ਇਹਨਾਂ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਜੋ ਵੀ ਆ ਕਿਹੜੀ ਦੁਕਾਨ ਤੋਂ ਪਨੀਰ ਮਿਲੂਗਾ, ਜੋ ਵੀ ਸਾਰਾ ਪੁੱਛ ਸਕਦੇ ਹੋ। ਹਾਂਜੀ ਜੀ, ਹੁਣ ਆਪਣਾ ਪਨੀਰ ਦੇ ਨਾਲ ਨਾਲ ਯੋਗਰਟ ਵੀ ਆ ਗਿਆ ਜੀ, 10% ਫੈਟ ਅਤੇ ਹੋਰ ਬਹੁਤ ਪ੍ਰੋਡਕਟਸ ਆ ਰਹੇ ਆ, ਅਤੇ ਨੈਚੁਰਲੀ ਗੱਲ ਆ, ਹਾਂਜੀ ਜ਼ਰੂਰ ਕੰਟੈਕਟ ਕਰੋ, ਐਂਡ ਡੈਫੀਨੇਟਲੀ ਕੁਆਲਿਟੀ ਇਜ਼ ਆਲਵੇਜ਼ ਦ ਬੈਸਟ। ਥੈਂਕ ਯੂ। ਦੇਖੋ ਵੀ ਮਿੱਤਰੋ, ਤੰਦੂਰ ਚੱਲ ਰਿਹਾ ਅਤੇ ਤਾਜ਼ੇ ਨਾਨ ਲੱਗ ਰਹੇ ਆ। ਮੇਲੇ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਜਿਹੜੀ ਫਰੈਸ਼ ਆਈਟਮ ਮਿਲੂਗੀ, ਚਾਹੇ ਵੈੱਜ ਆ ਚਾਹੇ ਨੋਨ ਵੈੱਜ ਆ। ਅਤੇ ਬਾਕੀ ਆਪਾਂ ਤੁਹਾਨੂੰ ਅੰਦਰ ਦੀ ਹੋ ਕੇ ਦਿਖਾਉਂਦੇ ਹਾਂ ਸਾਰਾ ਪ੍ਰੋਗਰਾਮ, ਕਿਹੜੀ ਕਿਹੜੀ ਆਈਟਮ ਚੱਲ ਰਹੀ ਆ। ਅਤੇ ਬੈਕ ਸਾਈਡ 'ਤੇ ਨਿਕਲ ਰਹੀਆਂ ਨੇ ਜਲੇਬੀਆਂ, ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਲਾਡੀ ਭਾਅ ਜੀ ਆਪਣੇ ਐਂਕ ਹਾਊਸ ਨਾਲੇ ਸਟਾਲ ਦੇ ਉੱਤੇ ਸੇਵਾ ਕਰ ਰਹੇ ਆ। ਚੱਲ ਰਹੇ ਆ ਜੀ ਸਮੋਸੇ, ਛੋਲੇ, ਹਰ ਤਰ੍ਹਾਂ ਦੀ ਤੁਹਾਨੂੰ ਇੱਥੇ ਵੈੱਜ ਅਤੇ ਨੋਨ ਵੈੱਜ ਆਈਟਮ ਮਿਲੂਗੀ ਖਾਣ ਦੇ ਲਈ। ਆਪਾਂ ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਹਾਂ ਵੀ ਇੱਥੇ ਵਿੱਚ ਮੇਲੇ ਦੇ ਖਾਣ ਦੇ ਲਈ ਕਿਹੜੀ ਕਿਹੜੀ ਆਈਟਮ ਮਿਲ ਰਹੀ ਆ। ਕੋਈ ਰਸ ਮਲਾਈ ਚਾਹੀਦੀ ਆ, ਫਾਸਟ ਫੂਡ ਚਾਹੀਦਾ, ਅਤੇ ਇੱਧਰ ਗੋਲ ਗੱਪੇ ਚੱਲ ਰਹੇ ਆ ਫਰੈਸ਼, ਅਤੇ ਅੱਗੇ ਜਲੇਬੀਆਂ ਚੱਲ ਰਹੀਆਂ ਨੇ। ਅਤੇ ਜੇ ਕਿਸੇ ਨੇ ਇੱਥੇ ਆ ਕੇ ਮਠਿਆਈ ਵਗੈਰਾ ਵੀ ਖਰੀਦਣੀ ਆਪਣੇ ਘਰ ਦੇ ਲਈ, ਉਹ ਵੀ ਲੈ ਕੇ ਜਾ ਸਕਦੇ ਆ। ਬਾਕੀ ਹੋਰ ਅੱਗੇ ਸਟਾਲਾਂ 'ਤੇ ਚੱਲਦੇ ਹਾਂ, ਅਤੇ ਅੱਗੇ ਵੀ ਆਪਾਂ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਵੀ ਕੀ ਚੱਲ ਰਿਹਾ। ਅਤੇ ਇਹ ਆਪਣੇ ਹੈਗੇ ਆ ਜੀ ਇੰਡੀਆ ਰੋਟੀ ਰੂਮ ਐਂਕ ਹਾਊਸ ਨਾਲੇ। ਹੋਰ ਭਾਅ ਜੀ ਕਿੱਦਾਂ ਜੀ, ਠੀਕ ਠਾਕ, ਵਧੀਆ ਚੱਲ ਰਿਹਾ ਜੀ ਮੇਲਾ? ਵਾਹ ਵਧੀਆ ਜੀ ਵਧੀਆ, ਵਾਹ ਕੋਈ ਨਹੀਂ ਖਾਂਦੇ ਹਾਂ ਜੀ। ਅਤੇ ਦੇਖੋ ਜੀ ਆਪਣੇ ਕਿੰਨਾ ਕਰਾਊਡ ਆ। ਅਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਸਟਾਲ ਦੇ ਉੱਤੇ, ਇਹਨਾਂ ਦਾ ਵੀ ਦੇਖੋ ਜੋ ਵੀ ਆ ਹਰ ਚੀਜ਼ ਤਾਜ਼ੀ ਚੱਲ ਰਹੀ ਆ। ਕੀ ਹਾਲ ਆ ਜੀ, ਠੀਕ ਠਾਕ? ਅਤੇ ਇਹਨਾਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ, ਕੋਈ ਡਰਿੰਕਾਂ ਪੀਣੀਆਂ ਨੇ ਉਹ ਵੀ ਠੰਡੀਆਂ ਪਈਆਂ ਨੇ। ਇਹ ਦੇਖੋ ਵੀ ਆਪਣੇ ਚਿਕਨ ਬਣ ਕੇ ਤਿਆਰ ਆ, ਅਤੇ ਲੋਕਾਂ ਦੇ ਲਈ ਕਿਸੇ ਨੇ ਵੀ ਖਾਣਾ ਆ ਆਪਣਾ, ਜੋ ਵੀ ਇਹਨਾਂ ਨੇ ਪ੍ਰਾਈਜ਼ ਵਗੈਰਾ ਰੱਖੇ ਆ ਉਹ ਪੇ ਕਰਕੇ ਖਾ ਸਕਦੇ ਆ। ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ, ਕਿਉਂਕਿ ਜੇ ਮੈਂ ਮੂਹਰੇ ਦੀ ਜਾਂਦਾ ਫਿਰ ਇੱਦਾਂ ਸਾਰਾ ਦਿਖਾ ਨਹੀਂ ਸੀ ਹੋਣਾ। ਅਤੇ ਹੁਣ ਪਹੁੰਚ ਚੁੱਕੇ ਹਾਂ ਜੀ ਆਪਾਂ ਤੜਕਾ ਰੈਸਟੋਰੈਂਟ ਵਾਲਿਆਂ ਦੇ ਸਟਾਲ ਦੇ ਕੋਲ। ਆਪਣੇ ਗੁਰਪ੍ਰੀਤ ਭਾਅ ਜੀ ਹੋਣੀ ਵਰਤਾ ਰਹੇ ਨੇ ਗੁਲਾਬ ਜਾਮਣਾ ਅਤੇ ਸਮੋਸੇ, ਇੱਧਰ ਪੂਰੀਆਂ ਛੋਲੇ ਬਣ ਰਹੇ ਆ, ਛੋਲੇ ਭਟੂਰੇ ਚੱਲ ਰਹੇ ਆ। ਦੇਖੋ ਵੀ ਸਮੋਸਾ ਚਾਰ ਸਮੋਸੇ, ਇੱਥੇ ਜਿੰਨੇ ਐਮਸਟਰਡਮ ਦੇ ਰੈਸਟੋਰੈਂਟ ਆ ਅਤੇ ਸਾਰਿਆਂ ਨੇ ਆਲਮੋਸਟ ਆਪਣੇ ਸਟਾਲ ਲਾਏ ਹੋਏ ਆ। ਹੁਣ ਆਪਾਂ ਖੜ੍ਹੇ ਹਾਂ ਤੜਕਾ ਰੈਸਟੋਰੈਂਟ ਵਾਲਿਆਂ ਦੇ ਸਟਾਲ ਦੇ ਕੋਲ, ਅਤੇ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਹੋਰ ਚੀਜ਼ਾਂ ਕੀ ਚੱਲ ਰਿਹਾ ਮੇਲੇ ਦੇ ਵਿੱਚ। ਇੱਧਰ ਛੋਲੇ ਪੂਰੀਆਂ ਹੋ ਗਏ, ਅਤੇ ਤੁਸੀਂ ਦੇਖੋ ਲੋਕਾਂ ਦਾ ਕਰਾਊਡ, ਉੱਪਰ ਦੀ ਵੀ ਚੱਕ ਕੇ ਦਿਖਾ ਰਿਹਾ, ਇੱਧਰੋਂ ਦਿਖ ਨਹੀਂ ਰਿਹਾ। ਹਾਂਜੀ ਹਾਂਜੀ, ਹੋਰ ਕਿੱਦਾਂ, ਠੀਕ ਠਾਕ? ਸਹੀ ਆ, ਮੈਂ ਚਲੋ ਦਿਖਾ ਦਈਏ ਇੱਥੇ ਦਾ ਵੀ ਮੇਲਾ ਲੋਕਾਂ ਨੂੰ। ਅਤੇ ਅੱਗੇ ਆਪਣੇ ਆ ਗਿਆ ਜੀ ਫਾਸਟ ਫੂਡ, ਇਹ ਵੀ ਗੋਲ ਗੱਪੇ ਦਹੀਂ ਭੱਲੇ ਵਗੈਰਾ ਚੱਲ ਰਹੇ ਆ। ਅਤੇ ਅੱਗੇ ਇੱਦਾਂ ਹੀ ਹੋਰ ਬਹੁਤ 3-4 ਸਟਾਲ ਲੱਗੇ ਨੇ, ਹਰ ਸਟਾਲ ਦੇ ਉੱਤੇ ਅਲੱਗ ਅਲੱਗ ਆਈਟਮ ਮਿਲ ਰਹੀ ਆ। ਜੇ ਤੁਸੀਂ ਗੰਨੇ ਦਾ ਰਸ ਪੀਣਾ ਉਹ ਤੁਹਾਨੂੰ ਇੱਥੇ ਮਿਲ ਸਕਦਾ, ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਹੋ ਕੇ। ਅਤੇ ਆ ਪਈ ਆ ਆਪਣੇ ਗੰਨੇ ਦਾ ਰਸ ਕੱਢਣ ਵਾਲੀ ਮਸ਼ੀਨ। ਕੀ ਹਾਲ ਵੀਰੇ? ਇਹ ਆਏ ਆਪਣੇ ਦੈਨਹਾਕ ਤੋਂ ਭਾਰਤ ਬਾਸਕਿਟ ਵਾਲੇ,
ਤੇ ਇਹ ਹਰ ਸਾਲ, ਪਿਛਲੇ ਸਾਲ ਵੀ ਗੰਨੇ ਦੇ ਰਸ ਦੀ ਸੇਵਾ ਇਹਨਾਂ ਨੇ ਲਾਈ ਸੀ, ਇਸ ਸਾਲ ਵੀ ਉਦਾਂ ਹੀ ਮਸ਼ੀਨ ਰੱਖੀ ਆ। ਤੇ ਭਾਅ ਜੀ ਕਿੰਨੇ ਦਾ ਗਲਾਸ ਆ? 5 ਯੂਰੋ ਦਾ ਇੱਕ ਗਲਾਸ, ਤੇ ਠੰਡਾ ਐਨ ਤੁਹਾਨੂੰ ਇੰਡੀਆ ਵਰਗਾ ਸਵਾਦ ਮਿਲੂਗਾ। ਤੇ ਅੱਗੇ ਵੀ ਤੁਹਾਨੂੰ ਮੈਂ ਦਿਖਾਉਣਾ ਹੋਰ ਜਾ ਕੇ, ਦੇਖੋ ਜੀ ਇੱਧਰ ਤਾਜ਼ੇ ਗੋਲ ਗੱਪੇ ਨਿਕਲ ਰਹੇ ਆ, ਤੇ ਛੱਲੀਆਂ ਵੀ ਪਈਆਂ। ਜੇ ਕਿਸੇ ਨੇ ਇੰਡੀਆ ਵਾਲਾ ਟੇਸਟ ਲੈਣਾ ਛੱਲੀਆਂ ਦਾ, ਕਹਿ ਲਓ ਵੀ ਭੁੰਨੀਆਂ ਛੱਲੀਆਂ ਖਾਣੀਆਂ ਨੇ। ਉਹ ਵੀ ਦੋਸਤੋ, ਆਪਾਂ ਹੁਣ ਪਹੁੰਚ ਚੁੱਕੇ ਹਾਂ ਕਬੱਡੀ ਦੇ ਗਰਾਊਂਡ ਦੇ ਵਿੱਚ, ਤੇ ਮੈਚ ਚੱਲ ਰਿਹਾ ਐਮਸਟਰਡਮ ਦੀ ਟੀਮ ਦਾ ਬੈਲਜੀਅਮ ਦੇ ਨਾਲ। ਤੇ ਆਪਾਂ ਤੁਹਾਨੂੰ ਇੱਥੇ ਦਿਖਾਉਂਦੇ ਹਾਂ, ਦੇਖੋ ਵੀ ਗਰਾਊਂਡ ਦੇ ਵਿੱਚ ਕਿੱਦਾਂ ਕਰਾਊਡ ਵਗੈਰਾ। ਤੇ ਇੱਥੇ ਵੀ ਆਪਾਂ ਨੂੰ ਆਪਣੇ ਮਿੱਤਰ ਵੇਲੀ ਟੱਕਰੇ ਆ। ਕੀ ਹਾਲ ਆ ਜੱਗੇ, ਕਹਿਵਾਂ ਪਹੁੰਚ ਕੇ ਟਾਈਮ ਨਾ? ਵਧੀਆ ਵਧੀਆ ਵਧੀਆ। ਤੇ ਦੇਖੋ ਵੀ ਮੇਰੇ ਵੀਰੋ ਗਰਾਊਂਡ ਦੇ ਵਿੱਚ ਕੀ ਨਜ਼ਾਰਾ ਬਣਿਆ ਪਿਆ, ਤੇ ਆਪਣੇ ਕਮੈਂਟਰੀ ਵੀ ਇਸ ਸਾਲ ਬਹੁਤ ਜ਼ੋਰਾਂ ਸ਼ੋਰਾਂ 'ਤੇ ਵਧੀਆ ਹੋ ਰਹੀ ਆ। ਆਪਣੇ ਇੱਥੇ ਦੋ ਕਮੈਂਟਰੇਟਰ ਬੁਲਾਏ ਨੇ ਇੰਡੀਆ ਤੋਂ, ਇੱਕ ਹੈਗਾ ਜੀ ਆਪਣਾ ਬੱਬੂ ਖੰਨਾ, ਅਤੇ ਦੂਜਾ ਹੈ ਆਪਣਾ ਓਮ ਕੜਿਆਣਾ। ਮਿੱਤਰੋ ਤੁਸੀਂ ਦੇਖ ਸਕਦੇ ਇੱਥੇ ਹਰ ਇੱਕ ਤਰ੍ਹਾਂ ਦਾ ਮਨੋਰੰਜਨ ਦਾ ਪੂਰਾ ਪੂਰਾ ਅਰੇਂਜਮੈਂਟ ਕੀਤਾ ਗਿਆ। ਬੀਬੀਆਂ ਭੈਣਾਂ ਲਈ ਅਲੱਗ ਇੱਥੇ ਪਿੱਛੇ ਕਹਿ ਲਓ ਵੀ ਸਟੇਜ ਲੱਗੀ ਆ ਮਨੋਰੰਜਨ ਦੇ ਲਈ, ਅਤੇ ਉੱਧਰ ਦੂਸਰੀ ਸਾਈਡ ਕਬੱਡੀ ਦੇ ਮੈਚ ਚੱਲ ਰਹੇ ਆ, ਅਤੇ ਪਰਲੇ ਪਾਸੇ ਉਦੋਂ ਖਾਣ ਦੇ ਸਟਾਲ ਲੱਗੇ ਆ। ਅਤੇ ਇੱਧਰ ਮੈਂ ਤੁਹਾਨੂੰ ਦਿਖਾਉਂਦਾ ਆਪਣੇ ਬੱਚਿਆਂ ਦੇ ਮਨੋਰੰਜਨ ਦੇ ਲਈ ਝੂਲੇ ਵਗੈਰਾ ਲੱਗੇ ਆ, ਹੋਰ ਕਾਫੀ ਖੇਡਾਂ ਨੇ, ਅਤੇ ਉਹ ਵੀ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਂਦਾ ਹਾਂ। ਲੋ ਵੀਰੋ ਤੁਸੀਂ ਦੇਖ ਸਕਦੇ ਬੱਚਿਆਂ ਦੇ ਇੰਜੋਇਮੈਂਟ ਲਈ ਵੀ ਝੂਲੇ ਵਗੈਰਾ ਲਾਏ ਹੋਏ ਨੇ। ਅਤੇ ਹੋਰ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਧੀਆ ਅਰੇਂਜਮੈਂਟ ਕੀਤੇ ਗਏ, ਬੱਚਿਆਂ ਦੇ ਖੇਡਣ ਲਈ ਝੂਲੇ ਵਗੈਰਾ ਨੇ, ਅਤੇ ਖਾਣ ਪੀਣ ਦੇ ਲਈ ਉੱਧਰ ਖਾਣ ਦੇ ਸਟਾਲ ਲੱਗੇ ਆ, ਅਤੇ ਇੱਧਰ ਆਪਣਾ ਜੋ ਵੀ ਆ ਬੀਬੀਆਂ ਦਾ ਮਨੋਰੰਜਨ ਚੱਲ ਰਿਹਾ, ਗਿੱਧਾ ਭੰਗੜਾ ਵਗੈਰਾ। ਅਤੇ ਸਵੇਰੇ ਇੱਥੇ ਬੱਚਿਆਂ ਦੀਆਂ ਖੇਡਾਂ ਵੀ ਹੋਈਆਂ ਨੇ, ਜਿੱਦਾਂ ਗੇਮਸ ਵਗੈਰਾ ਸਾਰਾ ਕੁਛ। ਅਤੇ ਹੁਣ ਉਹ ਸਾਹਮਣੇ ਜਿਹੜੇ ਆਪਣੇ ਕਿਸੇ ਨੇ ਕੋਈ ਚੀਜ਼ ਖਰੀਦਣੀ ਆ, ਕੋਈ ਗਹਿਣੇ ਵਗੈਰਾ ਹੋ ਗਏ, ਰੱਖੜੀਆਂ ਆ, ਤਾਂ ਹੋਰ ਚੀਜ਼ਾਂ ਕੁਛ ਵੀ ਖਰੀਦ ਸਕਦਾ ਆ। ਇੱਥੇ ਯੂਰਪ ਦੇ ਮੇਲੇ ਇੱਦਾਂ ਲੱਗਦੇ ਆ ਹਰ ਜਗ੍ਹਾ, ਅਤੇ ਜਿਹੜਾ 8 ਸਪਤੰਬਰ ਨੂੰ ਇੱਥੇ ਮੇਲਾ ਅੱਗੇ, ਉਹਦੇ 'ਤੇ ਵੀ ਹੋਪਸੋ ਦੇਖਣ ਨੂੰ ਇੱਦਾਂ ਦਾ ਹੀ ਸਾਰਾ ਕੁਛ ਮਿਲੂਗਾ। ਉਹ ਦੂਜੀ ਫੈਡਰੇਸ਼ਨ ਦੇ ਮੈਚ ਹੋਣੇ ਉੱਥੇ ਪਲੇਅਰ ਅਲੱਗ ਹੋਣਗੇ ਕਬੱਡੀ ਦੇ, ਬਾਕੀ ਤੁਹਾਨੂੰ ਸਾਰਾ ਮੇਲਾ ਇੱਦਾਂ ਹੀ ਮਿਲੂਗਾ ਦੇਖਣ ਦੇ ਲਈ। ਹੁਣ ਆਪਾਂ ਪਹੁੰਚੇ ਹਾਂ ਆਪਣੇ ਭੰਗੜਾ ਗਰੁੱਪ ਦੇ ਕੋਲੇ, ਅਤੇ ਇਹ ਆਪਣੇ ਭੰਗੜਾ ਗਰੁੱਪ ਦਾ ਵੀਰ, ਉਹਨਾਂ ਦਾ ਨਾਮ ਹੈਗਾ ਝਲਕ ਪੰਜਾਬ ਦੀ, ਬੈਲਜੀਅਮ ਤੋਂ ਨਾ, ਆ ਕਿੱਥੇ ਬਰਸਲ ਜਾਂ ਕਿਹੜਾ ਸ਼ਹਿਰ? ਬਰਸਲ ਸ਼ਹਿਰ ਤੋਂ ਵੀਰੋਂ ਹੀ ਆਏ ਨੇ। ਭੰਗੜਾ ਗਰੁੱਪ ਮਲਵਈ ਗਿੱਧਾ ਵਗੈਰਾ ਕੁਛ ਵੀ ਕਿਸੇ ਨੇ ਆਪਣੇ ਈਵੈਂਟ 'ਤੇ ਕੁਛ ਕਰਨਾ ਹੋਵੇ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਆਪਣਾ ਵੀਰ ਜੀ ਨੰਬਰ ਕੋਈ ਹੈ, ਦੱਸ ਸਕਦੇ ਹੋ?
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿੱਦਾਂ ਤੁਸੀਂ ਸੁਣਿਆ ਭਾਅ ਜੀ, ਸਾਡੇ ਗਰੁੱਪ ਦਾ ਨਾਂ ਹੈਗਾ ਝਲਕ ਪੰਜਾਬ ਦੀ, ਗਿੱਧਾ ਭੰਗੜਾ ਜੋ ਵੀ ਹੋ ਆਪਾਂ ਅਰੇਂਜ ਕਰ ਸਕਦੇ ਹਾਂ, ਡੀਜੇ ਵੀ। ਅਤੇ ਫੋਰ ਮੋਰ ਇਨਫੋਰਮੇਸ਼ਨ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0032497987733। ਥੈਂਕ ਯੂ।